हां तो प्यारे बच्चे सारेनु प्यार भरी सस् नमस्कार हां बेटा ਆਪਾਂ ਸਾਲ 2020 ਵਿੱਚ ਜਿਹੜਾ ਨਵਉਦਿਆ ਦਾਖਲਾ ਪ੍ਰੀਖਿਆ ਹੋਈ ਸੀ ਉਹ ਦਾ ਮੈਂਟਲ ਅਬਿਲਟੀ ਵਾਲਾ ਪੋਰਸ਼ਨ ਕਰਦੇ ਪਏ ਆ 12 ਤੱਕ ਸਵਾਲ ਆਪਾਂ ਕਰ ਚੁੱਕੇ ਆ ਬੇਟਾ ਹੁਣ ਆਪਾਂ 13 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਤੁਹਾਨੂੰ ਦੱਸਿਆ ਸੀ ਚਾਰ ਚਾਰ ਦੇ ਸੈੱਟ ਹੈਗੇ ਆ ਤਾਂ ਆਪਾਂ ਬੇਟਾ 13 ਨੰਬਰ ਤੋਂ ਪਹਿਲਾਂ 13 ਤੋਂ ਲੈ ਕੇ 16 ਤੱਕ ਦੇ ਦੇਸ਼ਾ ਨਿਰਦੇਸ਼ ਆ ਪੜ੍ਹਦੇ ਆ ਕਹਿੰਦਾ ਪ੍ਰਸ਼ਨ ਸੰਖਿਆ 13 ਤੋਂ 16 ਵਿੱਚ ਖੱਬੇ ਪਾਸੇ ਤਿੰਨ ਪ੍ਰਸ਼ਨ ਚਿੱਤਰ ਦਰਸਾਏ ਗਏ ਹਨ ਅਤੇ ਚੌਥੇ ਚਿੱਤਰ ਲਈ ਖਾਲੀ ਥਾਂ ਛੋੜਿਆ ਗਿਆ ਹੈ ਪ੍ਰਸ਼ਨ ਚਿੱਤਰ ਇੱਕ ਲੜੀ ਵਿੱਚ ਹਨ ਲੜੀ ਨੂੰ ਪੂਰਾ ਕਰਨ ਦੇ ਲਈ ਸੱਜੇ ਪਾਸੇ ਵੱਲ ਬਣੇ ਉੱਤਰ ਚਿੱਤਰਾਂ ਵਿੱਚ ਇੱਕ ਅਜੀਹਾ ਚਿੱਤਰ ਚੁਣੋ ਜਿਸ ਨੂੰ ਪ੍ਰਸ਼ਨ ਚਿੱਤਰ ਦੇ ਖਾਲੀ ਥਾਂ ਤੇ ਰੱਖਿਆ ਜਾ ਸਕੇ ਆਪਣੇ ਉੱਤਰ ਨੂੰ ਦਰਸਾਉਣ ਦੇ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਤਾਂ ਬੇਟਾ ਆਹਾ ਜਿਹੜਾ ਹੈਗਾ ਆ ਇੱਧਰ ਆ ਕਹਿੰਦਾ ਇੱਕ ਲੜੀ ਦੇ ਵਿੱਚ ਹੈ ਇਧਰੋਂ ਆ ਲੜੀ ਪੂਰੀ ਕਰਨੀ ਹੈ ਇੱਥੇ ਲਾ ਲਿਆ ਕੇ ਠੀਕ ਹੈ ਬੇਟਾ ਮੇਰੇ ਪਾਸੇ ਪ੍ਰਸ਼ਨ ਚਿੱਤਰ ਹੈ ਬੇਟਾ ਇਹ ਸਵਾਲ ਨੰਬਰ 13 ਆ ਤੇ ਉੱਪਰਲੇ ਪਾਸੇ ਪ੍ਰਸ਼ਨ ਚਿੱਤਰ ਹੈ ਥੱਲੇ ਉੱਤਰ ਚਿੱਤਰ ਹੈ ਠੀਕ ਹੈ ਤਾਂ ਪ੍ਰਸ਼ਨ ਚਿੱਤਰ ਬੇਟਾ ਕਿਸੇ ਲੜੀ ਦੇ ਵਿੱਚ ਚੱਲਦੇ ਪਏ ਆ ਜਦੋਂ ਆਪਾਂ ਧਿਆਨ ਦੇ ਨਾਲ ਬੇਟਾ ਇਹ ਲੜੀ ਅਬਜ਼ਰਵ ਕਰਦੇ ਆ ਤਾਂ ਆ ਦੇਖੋ ਆਹ ਜਿਹੜਾ ਆਹ ਟ੍ਰਾਇੰਗਲ ਜਿਹੜੀ ਹੈਗੀ ਆ ਇਹ ਐ ਨੂੰ ਘੁੰਮ ਜਾਂਦੀ ਹੈ ਠੀਕ ਆ ਐਰੋ ਇੰਜ ਨੂੰ ਤੇ ਇਹ ਸਾਰੇ ਚਿੱਤਰ ਹੈ ਜਿਹੜੇ ਕਲॉकवाइज ਘੁੰਮ ਜਾਂਦੇ ਆ ਨਾਲ ਆਪਣੀ ਇਹ 90 ਡਿਗਰੀ ਦੇ ਉੱਤੇ ਪੋਜੀਸ਼ਨ ਬਦਲਦੇ ਪਏ ਆ ਠੀਕ ਹੈ ਫਿਰ ਆ ਦੇਖੋ ਟ੍ਰਾਇੰਗਲ ਇਧਰੋਂ 90 ਡਿਗਰੀ ਤੇ ਇੰਜ ਨੂੰ ਆ ਗਈ ਇਹ ਇੰਜ ਨੂੰ ਚਲਾ ਗਿਆ ਕਿਉਂਕਿ ਜ਼ੀਰੋ ਦਾ ਪਤਾ ਨਹੀਂ ਲੱਗਦਾ ਜ਼ੀਰੋ ਇੱਥੇ ਚਲੀ ਜਾਊਗੀ ਚਲੀ ਗਈ ਆ ਚੀਜ਼ 90 ਡਿਗਰੀ ਤੇ ਇੰਜ ਨੂੰ ਘੁੰਮੂਗੀ ਅਗਲੇ ਸਟੈਪ ਦੇ ਵਿੱਚ ਬੇਟਾ ਆਹਾ 90 ਡਿਗਰੀ ਤੇ ਇੱਥੇ ਆ ਜਾਊਗਾ ਜ਼ੀਰੋ ਇੱਥੇ ਆ ਜਾਊਗੀ ਠੀਕ ਹੈ ਆ ਆ ਇਧਰਲੇ ਪਾਸੇ ਸਿੱਧਾ ਜ਼ੀਰੋ ਇੱਥੇ ਆ ਟ੍ਰਾਇੰਗਲ ਇੱਥੇ ਤੇ ਆ ਐਰੋ ਉੱਪਰਲੇ ਪਾਸੇ ਜੀਰੋ ਇੱਥੇ ਠੀਕ ਹੈ ਜਦੋਂ ਆਪਾਂ ਬੀ ਅਕਿਰਤੀ ਦੇਖਦੇ ਪਏ ਆ ਬੇਟਾ ਤਾਂ ਆ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਆ ਦੇਖੋ ਸਾਰੀਆਂ ਇੱਕ ਦੂਜੇ ਦੀ ਜਗ੍ਹਾ 90 ਡਿਗਰੀ ਦੇ ਉੱਤੇ ਬਦਲ ਗਏ ਆ ਇੱਥੇ ਆ ਗਿਆ ਠੀਕ ਹੈ ਐਰੋ ਟ੍ਰਾਇੰਗਲ ਇੱਥੇ ਆ ਗਿਆ ਐਰੋ ਇੱਧਰ ਚਲਾ ਗਿਆ ਤੇ ਜਦੋਂ ਇਹ ਕੰਡੀਸ਼ਨ ਇਹ ਜਿਹੜੀ ਅਕਿਰਤੀ ਆ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਇਸ ਕਰਕੇ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇ ਇੱਕ ਆਨਸਰ ਟੈਕ ਕਰ ਦਵਾਂਗੇ ਤੇ ਇਹ ਦਾ ਜਿਹੜਾ ਖਾਨਾ ਹੈਗਾ ਆ ਬੀ ਵਾਲਾ ਖਾਨਾ ਉਹਨੂੰ ਬਲੈਕ ਕਰ ਦਵਾਂਗੇ ਹੁਣ ਬੇਟਾ ਆਪਾਂ ਸਵਾਲ ਨੰਬਰ 14 ਦੇ ਉੱਤੇ ਆ ਗਏ ਸਵਾਲ ਨੰਬਰ 14 ਨੂੰ ਬੇਟਾ ਧਿਆਨ ਦੇ ਨਾਲ ਦੇਖੋ ਤਾਂ ਇਹਦੇ ਬੇਟਾ ਜਿਹੜੀ ਅੰਤਰ ਕਿਰਤੀ ਹੈਗੀ ਆ ਉਹ ਵੀ ਮੈਂ ਨਾਲ ਇੱਥੇ ਇੱਥੇ ਲਗਾ ਦਿੰਦਾ ਤਾਂ ਕਿ ਸੌਖਾ ਹੋ ਜੇ ਤੁਹਾਨੂੰ ਦੇਖਣਾ ਤਾਂ ਬੇਟਾ ਇਹਦੇ ਵਿੱਚ ਆਪਾਂ ਦੇਖਾਂਗੇ ਕੀ ਲੜੀ ਹੈ ਜਿਹੜੀ ਚੱਲਦੀ ਪਈ ਆ ਉਹ ਲੜੀ ਨੂੰ ਸਟੱਡੀ ਕਰਾਂਗੇ 14 ਨੰਬਰ ਸਵਾਲ ਦੇ ਵਿੱਚ ਤਾਂ ਬੇਟਾ ਦੇਖੋ ਆ ਪਹਿਲਾਂ ਓ ਬਣਿਆ ਹੋਇਆ ਜਾਂ ਜ਼ੀਰੋ ਕਹਿ ਸਕਦੇ ਆ ਫਿਰ ਉਹਦੇ ਹੇਠਲੇ ਪਾਸੇ ਐਕਸ ਬਣ ਗਿਆ ਠੀਕ ਹੈ ਇਹ ਉੱਥੇ ਰਹਿ ਗਿਆ ਫਿਰ ਇੱਕ ਜ਼ੀਰੋ ਹੋਰ ਆ ਗਈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ ਜ਼ੀਰੋ ਦੇ ਥੱਲੇ ਇੱਕ ਐਕਸ ਹੋਰ ਬਣ ਜੂਗਾ ਠੀਕ ਹੈ ਲੜੀ ਚੱਲਦੀ ਪਈ ਹੈ ਨਾ ਪਹਿਲਾਂ ਆ ਓ ਫਿਰ ਥੱਲੇ ਐਕਸ ਫਿਰ ਥੱਲੇ ਓ ਠੀਕ ਹੈ ਇਹਨੂੰ ਓ ਮੰਨ ਲਓ ਜਾਂ ਗੁਣਾ ਦਾ ਨਿਸ਼ਾਨ ਜਾਂ ਜ਼ੀਰੋ ਜੋ ਮਰਜ਼ੀ ਮੰਨ ਲਓ ਸਿਰਫ ਕਿਰਤੀ ਦੇਖੋ ਤੁਸੀਂ ਠੀਕ ਹੈ ਤੇ ਫਿਰ ਓ ਐਕਸ ਓ ਐਕਸ O X O X ਬੇਟਾ ਆ C1 ਜਿਹੜੀ ਅਕਿਰਤੀ ਹੈਗੀ ਐ ਇਹ ਸਾਰੀ ਕੰਡੀਸ਼ਨ ਨੂੰ ਫulfill ਕਰਦੀ ਪਈ ਐ ਠੀਕ ਐ ਚੌਥੇ ਘਰ ਚ ਇਹ ਆਊਗੀ ਇਸ ਕਰਕੇ C ਅਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 15 ਦੇ ਉੱਤੇ ਸਵਾਲ ਨੰਬਰ 15 ਦੇ ਉੱਤੇ ਬੇਟਾ ਧਿਆਨ ਦੇ ਨਾਲ ਦੇਖਾਂਗੇ ਅਸੀਂ ਵੀ ਇਹਦੇ ਵਿੱਚ ਅਕਿਰਤੀਆਂ ਕਿਸ ਤਰ੍ਹਾਂ ਚਲਦੀਆਂ ਪਈਆਂ 15 ਦੇ ਵਿੱਚ ਠੀਕ ਐ ਬੇਟਾ ਆ ਥੱਲੇ ਉਤਰ ਕੇ ਕਿਰਤੀਆਂ ਆ ਗਈਆਂ ਬੇਟਾ ਤੇ 15 ਦੇ ਵਿੱਚ ਬੇਟਾ ਜਦੋਂ ਅਸੀਂ ਦੇਖਦੇ ਹਾਂ ਕਿਤਿਆਂ ਨੂੰ ਤਾਂ ਆ ਬੇਟਾ ਇੱਕ ਪੰਜ ਪੋਜਾਕਰ ਬਰਤਨ ਜਿਆ ਬਣਿਆ ਹੋਇਆ ਇਹਦੇ ਗੁਣਾ ਦਾ ਨਿਸ਼ਾਨਾ ਉੱਪਰ ਇੱਕ ਬਾਉਲ ਜਿਆ ਬਣਿਆ ਉਹਦੇ ਵਿੱਚ 0 ਆ ਠੀਕ ਹੈ ਉਦੋਂ ਅਗਲੇ ਸਟੈਪ ਦੇ ਵਿੱਚ ਕੀ ਹੁੰਦਾ ਵੀ ਆ ਉਲਟਾ ਹੋ ਜਾਂਦਾ ਬਰਤਨ ਅੰਦਰ ਗੁਣਾ ਦੇ ਨਿਸ਼ਾਨਾ ਜਿਹੜੇ ਉਹ 2 ਹੋ ਜਾਂਦੇ ਆ ਠੀਕ ਹੈ ਉਲਟਾ ਹੋਣ ਦੇ ਨਾਲ ਹੀ ਫੇਰ ਇਹ ਉਲਟਾ ਹੁੰਦਾ ਹੈ ਠੀਕ ਹੈ ਸਿੱਧਾ ਹੁੰਦਾ ਤਾਂ ਗੁਣਾ ਦੇ ਨਿਸ਼ਾਨ ਤਿੰਨ ਹੋ ਜਾਂਦੇ ਆ ਇਹ ਫੇਰ ਬੇਟਾ ਉਲਟਾ ਹੋ ਜਾਊਗਾ ਤੇ ਇਹਦੇ ਵਿੱਚ ਗੁਣਾ ਦੇ ਨਿਸ਼ਾਨ ਚਾਰ ਹੋ ਜਾਣਗੇ ਤਾਂ ਆਹ ਬੇਟਾ ਜਿਹੜਾ ਆਨਸਰ ਹੈਗਾ ਸੀ 1 ਨੂੰ ਜਦੋਂ ਧਿਆਨ ਨਾਲ ਦੇਖੋ ਤੁਸੀਂ ਅੰਦਰ ਗੁਣਾ ਦੇ ਨਿਸ਼ਾਨ ਚਾਰ ਹੋਗੇ ਇਹ ਉਲਟਾ ਹੋ ਗਿਆ ਇਸ ਕਰਕੇ ਬੇਟਾ ਇਹ ਹੀ ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਅੱਗੇ ਆ ਗਿਆ ਐਸ ਸੈੱਟ ਦਾ ਆਖਰੀ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਆ ਬੇਟਾ ਉੱਤਰ ਦਿੱਤੀ ਹੈਗੀ ਹੈ ਠੀਕ ਹੈ ਤੁਹਾਡੀ ਸਹੂਲਤ ਲਈ ਇਹਦੀ ਮੈਂ ਫੋਟੋਸਟੇਟ ਕਰਕੇ ਕੱਟ ਲਈ ਸੀਗੀ ਤਾਂ ਜੋ ਮੋਬਾਈਲ ਦੇ ਉੱਤੇ ਦੇਖਿਆ ਜਾ ਸਕੇ ਇਹਨੂੰ ਆਸਾਨੀ ਦੇ ਨਾਲ ਠੀਕ ਹੈ ਬੇਟਾ ਤਾਂ ਬੇਟਾ ਆ ਧਿਆਨ ਦੇ ਨਾਲ ਅਸੀਂ ਦੇਖਦੇ ਹਾਂ ਵੀ ਆ ਕਿਸ ਤਰ੍ਹਾਂ ਚਲਦੀਆਂ ਪਈਆਂ ਹੈ ਕਰਤੀਆਂ ਆ ਬੇਟਾ ਜੈਡ ਸ਼ੇਪ ਜੀ ਬਣੀ ਹੋਈ ਹੈ ਇਹ ਕੀ ਐਂਟੀ ਕਲॉकवाइज ਘੁੰਮਦਾ ਪਿਆ 90 ਡਿਗਰੀ ਤੇ ਇੱਥੋਂ ਇੰਜ ਨੂੰ ਘੁੰਮ ਗਿਆ ਠੀਕ ਹੈ ਇੱਥੋਂ ਫਿਰ ਇੰਜ ਨੂੰ ਘੁੰਮ ਗਿਆ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਇੰਜਨ ਨੂੰ ਘੁੰਮ ਜੂਗਾ ਇਹ ਐਰੋ ਉਧਰ ਨੂੰ ਇੱਕ ਪਾਸੇ ਇਹਦੇ ਐਰੋ ਹੈ ਨਹੀਂਗਾ ਬਸ ਇਹ ਧਿਆਨ ਰੱਖਣਾ ਹੈ ਤਾਂ ਆਹ ਦੇਖੋ ਬੇਟਾ B ਇੱਕ ਇਤਤੀ ਹੈ ਜਿਹੜੀ ਆ ਐਰੋ ਪਹਿਲਾਂ ਇਧਰੋਂ ਐ ਨੂੰ ਐ ਨੂੰ ਫਿਰ ਐ ਨੂੰ B ਇੱਕ ਇਤਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਕਿਉਂਕਿ ਇਸ ਪਾਸੇ ਐਰੋ ਨਹੀਂ ਬਣਦਾ ਪਿਆ ਠੀਕ ਹੈ ਇੱਕ ਪਾਸੇ ਐਰੋ ਸੀ ਉੱਪਰ ਨੂੰ ਚਲਾ ਗਿਆ ਤਾਂ ਐਸ ਕਰਸ਼ੀ ਦੇ ਨਿਸ਼ਾਨ ਤੇ ਕੁਐਸਚਨ ਮਾਰਕ ਦੇ ਨਿਸ਼ਾਨ ਤੇ B ਇੱਕ ਇਤਤੀ ਹੈ ਜਿਹੜੀ ਆਉਗੀ ਤਾਂ 21 31 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਐ ਸੈੱਟ ਦਾ ਆਖਰੀ ਸਵਾਲ 16 ਨੰਬਰ ਸਵਾਲ ਠੀਕ ਹੈ ਤੇ ਇਹ ਤੁਸੀਂ ਬੇਟਾ ਧਿਆਨ ਦੇ ਨਾਲ ਬਸ ਅਬਜ਼ਰਵ ਵੀ ਕਰਨਾ ਤੁਹਾਡਾ ਦਿਮਾਗ ਇਹਦੇ ਪੈਰਲਲ ਚੱਲਣ ਲੱਗ ਪੂਗਾ ਫਿਰ ਜਿੱਥੋਂ ਮਰਜ਼ੀ ਬਦਲ ਕੇ ਸਵਾਲ ਪਾ ਦੇਵੇ ਤੁਸੀਂ ਇਹਦਾ ਉੱਤਰ ਦੇ ਪਾਉਂਗੇ ਸੋ ਬੇਟਾ ਇਹ ਵੀਡੀਓ ਦੇਖ ਕੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ